ਇਹ ਤੁਹਾਨੂੰ ਦੱਸਦਾ ਵੀ ਸਨ 90 ਦੇ ਨੇੜੇ ਤੇੜੇ, ਹਾਂਜੀ 92 ਦੇ ਨੇੜੇ ਤੇੜੇ, ਮਤਲਬ ਇੰਨੀਆਂ ਕੁ ਚਿੜੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਨਾ, ਉਹ ਹੁੰਦੀਆਂ ਸੀ ਤੇ ਉਹ ਕਿੱਕਰਾਂ ਭਰੇ ਬਜ਼ੁਰਗ ਬੈਠੇ ਕਿਤੇ ਕਿੱਕਰਾਂ ਭਰੀਆਂ ਹੁੰਦੀਆਂ। ਅੱਜ ਉਹ ਚਿੜੀਆਂ ਗਈਆਂ ਕਿੱਧਰ? ਤੁਹਾਡੀਆਂ ਚਿੜੀਆਂ ਮਾਰਤੀਆਂ ਮੋਬਾਈਲ ਦੇ ਟਾਵਰਾਂ ਨੇ, ਜੇ ਤਾਂ ਫਿਲਮ ਵੀ ਬਣੀ ਸੀ ਅਕਸ਼ੇ ਕੁਮਾਰ ਦੀ, ਅਕਸ਼ੇ ਕੁਮਾਰ ਦੀ। ਹੁਣ ਦੇਖਿਓ ਵੀ ਬਾਈ ਦੇ ਉੱਤੇ ਆਪਾਂ ਇੱਕ ਤਜਰਬਾ ਕੀਤਾ, ਹੁਣ ਆਪਾਂ ਇਹਦੇ ਹੱਥ ਵਿੱਚ ਪਵਾਤਾ, ਹਾਂਜੀ ਲਓ ਜੀ ਆਪਾਂ ਇਹ ਚੀਜ਼ ਦੇ ਹੱਥ 'ਚ ਪਵਾਤੀ, ਲੈ ਬਈ ਹੁਣ ਆਪਾਂ ਇਹਦਾ ਤਜਰਬਾ ਕਰਦੇ ਹਾਂ। ਕਿਉਂਕਿ ਪਹਿਲਾਂ ਪਾਣੀ ਤਾਂ ਆਪ ਲਾਇਆ ਸੀ, ਹਾਂਜੀ, ਕਿ ਪਾਣੀ ਨੂੰ ਇੰਨਾ ਚਾਰਜ ਕਰ ਦਿੰਦਾ ਕਿ ਬੰਦੇ ਦੇ ਸੈੱਲ ਪਾਣੀ ਐਕਟਿਵ ਕਰ ਦਿੰਦਾ, ਮਤਲਬ ਉੱਤੋਂ ਦੀ ਕਮਾਇਆ ਸੀ, ਪਾਣੀ 'ਚ ਡੁਬੋਇਆ ਵੀ ਨਹੀਂ ਸੀ। ਹਾਂਜੀ ਹੁਣ ਆ ਜਾਓ, ਹੁਣ ਆਪਾਂ ਐਂ ਕਰਦੇ ਹਾਂ, ਲਓ ਜੀ ਛੱਡ ਦਿਓ ਹੁਣ ਢਿੱਲਾ, ਫੜ ਲਓ ਹੁਣ ਤੁਸੀਂ ਦੱਬੀ ਜਾਓ ਜਿਵੇਂ ਮਰਜ਼ੀ, ਮੈਂ ਦਬਾਉਣਾ ਜ਼ੋਰ ਨਾਲ ਥੋੜ੍ਹਾ ਜਿਹਾ, ਕੋਈ ਚੱਕਰ ਨਹੀਂ। ਹਾਂ ਆ ਲਓ, ਭਾਵੇਂ ਬੰਦਾ ਉੱਪਰ ਖੜਾ ਰਹੇ ਯਾਰ, ਪੁੱਛੋ ਬੰਦੇ ਤੋਂ ਬਾਈ ਠੀਕ ਹੈ ਜੀ, ਗੱਲਬਾਤ ਓਕੇ ਆ, ਮਤਲਬ ਭਾਵੇਂ ਬੰਦਾ ਪੈਰ ਰੱਖ ਕੇ ਖੜਾ ਰਹੇ ਯਾਰ, ਬੰਦਾ ਨਹੀਂ ਹਿੱਲੂ। ਇਹ ਜੇ ਜਰਮੇਨੀਅਮ, ਇਹ ਟਾਈਟੇਨੀਅਮ ਤੋਂ ਬਣਿਆ ਹੋਇਆ, ਜਿਹਨੂੰ ਜਹਾਜ਼ਾਂ ਨੂੰ ਲੋਹਾ ਲੱਗਦਾ ਉਹ ਟਾਈਟੇਨੀਅਮ ਹੁੰਦਾ। ਹਾਂਜੀ ਜਗਰ ਜਰਮੇਨੀਅਮ ਮੈਗਨੈਟਿਕ ਦਾ ਇਹ ਕੰਬੀਨੇਸ਼ਨ ਹੈ, ਜਦੋਂ ਇਹ ਹੱਥ 'ਚ ਪਾ ਲੈਂਦੇ ਆ ਇਹ ਬੋਡੀ ਦੇ ਅੰਦਰ ਇੱਕ ਔਰਾ ਬਣਦਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦੇ ਪਿੱਛੇ ਸੀਸ ਦੇ ਪਿੱਛੇ ਨਹੀਂ ਹੁੰਦਾ ਪਿੱਛੋਂ, ਉਹਨੂੰ ਔਰਾ ਬੋਲਦੇ ਆ। ਇਹ ਬੋਡੀ ਦੇ ਅੰਦਰ ਇੱਕ ਔਰਾ ਬਣਾਉਂਦਾ, ਜਦੋਂ ਇਹ ਹੱਥ 'ਚ ਪਾ ਲਿਆ ਉਦੋਂ ਬਾਅਦ ਤੁਹਾਡਾ ਮੋਬਾਈਲ ਭਾਵੇਂ ਚਾਰ ਚੱਕੀ ਫਿਰਿਓ ਤੁਹਾਡੀ ਬੋਡੀ 'ਤੇ ਅਸਰ ਨਹੀਂ ਹੋਊਗਾ। ਜਦੋਂ ਤੁਹਾਡੇ ਤੁਸੀਂ ਮੋਬਾਈਲ ਵਰਤਦੇ ਹੋ ਸਾਰਾ ਦਿਨ ਮੋਬਾਈਲ ਵਰਤਦੇ ਹੋ, ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ, ਯਾਦ ਰੱਖਿਓ ਜਿਸ ਤਰ੍ਹਾਂ ਅੰਧਾ ਧੁੰਦ ਸਾਡੇ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਆ, ਆਉਣ ਵਾਲੇ ਸਮੇਂ 'ਚ ਹਰ ਬੱਚਿਆਂ ਨੂੰ ਐਨਕਾਂ ਲੱਗਣਗੀਆਂ, ਠੀਕ ਹੈ, ਔਰ ਆਉਣ ਵਾਲੇ ਸਮੇਂ 'ਚ ਨੌਜਵਾਨ ਜਿਹੜੇ ਸਾਡੇ ਆ ਉਹ ਬੱਚਾ ਪੈਦਾ ਕਰਨ ਦੇ ਵੀ ਲਾਇਕ ਨਹੀਂ ਰਹਿਣੇ ਨੇ ਮੋਬਾਈਲਾਂ ਕਰਕੇ। ਅੱਜ ਸਾਡੇ ਆਈ ਵੀ ਕਿੰਨੇ ਸੈਂਟਰ ਖੁੱਲ੍ਹੇ ਯਾਰ, ਹਾਂ ਇੱਕ ਪੈਰ 'ਤੇ ਬੈਲੈਂਸ ਬਣਾ ਲਿਆ, ਮੈਂ ਤਾਂ ਹੱਥ ਰੱਖੂਗਾ, ਤੁਸੀਂ ਲੱਤ ਨਹੀਂ ਥੱਲੇ ਹੁਣ ਦੇਣੀ, ਆਪਾਂ ਦੇਖਾਂਗੇ ਵੀ ਤਾਕਤ ਕਿੰਨੀ ਆ ਨਾ, ਮੈਂ ਇਹਨੂੰ ਵੀ ਇੱਧਰ ਕਰ ਲਾਂ ਕਿਤੇ ਮੇਰੇ ਵਾਲਾ ਵੀ ਤੁਹਾਡੇ ਨਾਲ ਕਰੰਟ ਨਾਲ ਜਾਵੜੇ, ਤੁਸੀਂ ਲੱਤ ਨਹੀਂ ਥੱਲੇ ਆਉਣ ਦੇਣੀ, ਮੈਂ ਤਾਂ ਦਬਾਉਣਾ, ਹੱਥ ਰੱਖਿਆ ਲੱਤ ਥੱਲੇ। ਹੁਣ ਆਪਾਂ ਆਹ ਦੇਖੋ, ਆਪਾਂ ਪਾਣੀ ਦੇ ਉੱਤੋਂ ਦੀ ਮੰਤਰ ਛੰਤਰ ਕਰ ਦੇਣਾ ਸਾਰਾ, ਦੇਖ ਲਾ ਬਾਬੇ ਦਾ ਸਿੱਖਿਆ ਤਾਂ ਨਹੀਂ ਤੁਸੀਂ ਕੁਛ, ਬਾਬੇ ਤੋਂ ਬਾਬੇ ਨਾਨਕ ਤੋਂ ਬਹੁਤ ਕੁਛ ਸਿੱਖਿਆ, ਬਾਣੀ ਤੋਂ ਸਿੱਖੀ ਦਾ, ਪਰ ਝਾੜ ਪੂਸ ਵਾਲਾ ਤੋਂ ਨਹੀਂ ਸਿੱਖਿਆ। ਇਹਨੇ ਕੀ ਕੀਤਾ, ਇਹਨੂੰ ਚਾਰਜ ਕਰਤਾ ਪਾਣੀ ਨੂੰ, ਹੁਣ ਇਹਨਾਂ ਨੂੰ ਪਿਲਾ ਦਿਓ ਲੋ। ਅੱਛਾ ਮਤਲਬ ਉੱਤੋਂ ਦੋ ਚਾਰ ਆ ਰਹੀਆਂ, ਕੀਤਾ ਕੋਈ ਬਸ ਗੱਲ ਬਣ ਗਈ ਫਿਰ ਹੈ ਗੱਲ, ਹੁਣ ਤੁਸੀਂ ਦੇਖਿਓ ਬਸ ਇੰਨਾ ਹੀ ਬਹੁਤ ਆ, ਤੁਹਾਨੂੰ ਦੋ ਵਾਰੀ ਫਿਰ ਪਾਣੀ ਪਿਆਉਣਾ ਜੇ ਅਸੀਂ। ਅੱਛਾ ਜੀ, ਅਤੇ ਹੁਣ ਆਪਾਂ ਦੇਖਦੇ ਹਾਂ ਵੀ ਤੁਹਾਡੀ ਤਾਕਤ ਕਿੰਨੀ ਕੁ ਬਣ ਗਈ, ਮੈਂ ਦਬਾਉਣਾ, ਤੁਸੀਂ ਉਹਨੂੰ ਰੋਕਣਾ, ਐਤਕੀ ਟਾਈਮ ਵੱਧ ਲੱਗ ਰਿਹਾ ਹੈ ਬੰਦਾ, ਮਤਲਬ ਇਹਨੂੰ ਨੱਪਦੇ ਬੰਦਾ ਹਿੱਲੂ ਨਹੀਂ। ਬਾਂਹ ਕਰ ਲੋ ਸਿੱਧੀ, ਪੈਰ ਉਵੇਂ ਚੱਕ ਲੋ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦਬਾਉਣਾ, ਦਬਣ ਨਹੀਂ ਦੇਣਾ, ਦੇਖਦੇ ਆ ਕਿੰਨਾ ਕੁ ਤੁਸੀਂ ਰੋਕ ਸਕਦੇ ਹੋ। ਇਹ ਸਾਇੰਸ ਆ, ਜਾਪਾਨ ਦੀ ਟੈਕਨੋਲੋਜੀ ਆ, ਪਰ ਸਾਡੇ ਲੋਕਾਂ ਨੂੰ ਸਮਝ ਹੌਲੀ ਹੌਲੀ ਆਉਂਦੀ ਆ। ਮਿੱਤਰੋ ਸਤਿ ਸ਼੍ਰੀ ਅਕਾਲ ਜੀ, ਅਤੇ ਮੇਰੇ ਨਾਲ ਕਿਸਾਨ ਹੱਟ 13-13 ਤੋਂ ਖਾਲਸਾ ਜੀ ਨਾਲ ਬੈਠੇ ਆ ਜੀ। ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਜੀ ਆਪਾਂ ਨਾ ਨਵੀਆਂ ਚੀਜ਼ਾਂ ਸਾਡੇ ਵੀਰਾਂ ਨੂੰ 2-3 ਵੀਡੀਓ ਕਰਕੇ ਦਿਖਾਤੀਆਂ, ਇੱਕ ਤਾਂ ਆਪਾਂ ਪਹਿਲਾਂ ਆਹ ਦੱਸਿਆ ਸੀਗਾ, ਫਿਰ ਆਪਾਂ ਆਹ ਦੱਸੀ ਸੀਗੀ, ਹੁਣ ਰਹਿ ਗਿਆ ਹੋਰ ਕੁਛ, ਆਹ ਰਹਿ ਗਿਆ ਆਹ। ਹੁਣ ਤੁਸੀਂ ਪੁੱਛਣਾ ਫਿਰ ਲੋਕਾਂ ਨੇ ਕਹਿਣਾ ਵੀ ਆਹ ਨਵੀਂ ਚੇਂਜ ਕੀ ਚੱਕ ਲਿਆ, ਵੀ ਆਹ ਚੇਂਜ ਕੀ ਚੱਕ ਲਿਆਂਦੀ। ਇਹ ਇੱਕ ਐਸੀ ਚੀਜ਼ ਹੈ ਜਿਹੜੀ ਮੈਂ 2008 ਤੋਂ ਆਪਦੇ ਹੱਥ ਵਿੱਚ ਪਾਉਣਾ, ਇਹ ਤੁਸੀਂ ਮੈਨੂੰ ਉੱਥੇ ਆਦਮਪੁਰ ਵੀ ਦਿਖਾਈ ਸੀ। ਇਹ ਬੇਸਿਕਲੀ ਜੇ ਮੈਂ ਹੁਣ ਗੱਲ ਕਰੂੰਗਾ, ਹਾਂਜੀ ਕਹਿੰਦੇ ਹੁੰਦੇ ਨਾ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਹੈ ਨਾ, ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਉਹ ਲੋਕ ਹੁਣ ਲੈ ਜੀ ਚੇਨਾ ਵਿੱਚ, ਮੈਂ ਕੀ ਇਹ ਮੈਂ ਵੇਚਦਾ ਨਹੀਂ ਸੀ,
ਸੁਣੋ ਹੁਣ ਵੀ ਨਹੀਂ ਵੇਚਦੇ, ਲੇਕਿਨ ਜਿਹੜੀ ਇਹ ਚੀਜ਼ ਦੇ ਫਾਇਦੇ ਆ ਜਿਨ੍ਹਾਂ ਨੂੰ ਦਿੱਤੀ ਆ ਜਾਂ ਜੋ ਇਹਦੇ ਰਿਜ਼ਲਟ ਆ, ਹਾਂਜੀ ਇਹ ਉਹ ਹੀ ਜਾਣਦਾ। ਜੇ ਮੈਂ ਕਹਿੰਦਾ ਵੀ ਹਰ ਬੰਦੇ ਦੇ ਅਟਕਾਰ ਆ ਗਿਆ ਨਾ, ਹੁਣ ਮੈਂ ਪੀਤਾ ਸੀ, ਹਾਂਜੀ ਮੈਂ ਤੁਹਾਨੂੰ ਇਹ ਦੱਸਿਆ ਇਹਦੇ ਬਾਰੇ, ਹਾਂਜੀ ਜਿਹੜੀ ਆਹ ਚੀਜ਼ ਹੈ ਇਹ ਹਰ ਬੰਦੇ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ, ਚਾਹੇ ਲੇਡੀਜ਼ ਆ ਚਾਹੇ ਜੈਂਟਸ ਆ। ਇਹਦੇ ਫਾਇਦੇ ਕੀ ਹੋਣਗੇ ਪਾਉਣ ਦੇ? ਇਹਦੇ ਫਾਇਦੇ ਕੀ ਹੋਣਗੇ? ਸਾਡੇ ਪੰਜਾਬ ਦੇ ਵਿੱਚ ਚਿੜੀਆਂ ਹੁੰਦੀਆਂ ਸੀ, ਤੁਹਾਨੂੰ ਯਾਦ, ਤੁਹਾਡੀ ਉਮਰ ਕਿੰਨੀ ਆ? ਮੇਰੀ ਹੋ ਗਈ ਜੀ 26 ਸਾਲ ਦੇ ਨੇੜੇ ਹੋ ਗਈ ਆ। 26 ਸਾਲ ਦੇ ਹੋ ਗਈ, ਹਾਂਜੀ, ਤੇ ਤੁਸੀਂ ਅੰਦਾਜ਼ਾ ਲਗਾ ਲਓ ਮੇਰੀ ਹੋ ਗਈ 43। ਹਾਂਜੀ, ਤੇ ਮੈਂ ਇਹ ਤੁਹਾਨੂੰ ਦੱਸਦਾ ਵੀ ਸੰਨ 90 ਦੇ ਨੇੜੇ ਤੇੜੇ, ਹਾਂਜੀ 92 ਦੇ ਨੇੜੇ ਤੇੜੇ, ਮਤਲਬ ਇੰਨੀਆਂ ਕੁ ਚਿੜੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਨਾ, ਉਹ ਹੁੰਦੀਆਂ ਸੀ ਤੇ ਉਹ ਕਿੱਕਰਾਂ ਭਰੇ, ਬਜ਼ੁਰਗ ਬੈਠੇ ਕਹਿੰਦੇ ਕਿੱਕਰਾਂ ਭਰੀਆਂ ਹੁੰਦੀਆਂ। ਅੱਜ ਉਹ ਚਿੜੀਆਂ ਗਈਆਂ ਕਿੱਧਰ? ਹਾਂ ਉਹ ਚਿੜੀਆਂ ਗਈਆਂ ਕਿੱਧਰ ਉਹਦਾ ਜਵਾਬ ਦਿਓ, ਕਿੱਧਰ ਗਈਆਂ ਹੋਣਗੀਆਂ? ਤੁਹਾਡੀਆਂ ਚਿੜੀਆਂ ਮਾਰਤੀਆਂ ਮੋਬਾਈਲ ਦੇ ਟਾਵਰਾਂ ਨੇ, ਜੇ ਤਾਂ ਫਿਲਮ ਵੀ ਬਣੀ ਸੀ ਅਕਸ਼ੇ ਕੁਮਾਰ ਦੀ, ਅਕਸ਼ੇ ਕੁਮਾਰ ਦੀ, ਜਦੋਂ ਇੱਕ ਚਿੜੀ ਟਾਵਰ ਦੀ ਰੇਂਜ 'ਚ ਆਉਂਦੀ ਹੈ ਉਹਦਾ ਦਿਲ ਫੜਫੜਾਉਂਦਾ, ਉਹ ਬਹਿ ਜਾਂਦੀ ਅਤੇ ਮਰ ਜਾਂਦੀ ਹੈ। ਸਾਡੇ ਤੁਹਾਡੇ ਇਸ ਵੇਲੇ 33% ਸੈੱਲ ਜਿਹੜੇ ਇਨੈਕਟਿਵ ਆ, ਅਤੇ ਮੈਂ ਤੁਹਾਨੂੰ ਹੁਣੇ ਸਾਬਤ ਕਰ ਦਿੰਦਾ ਕਿ 33% ਜਿਹੜੇ ਸੈੱਲ ਜਿਹੜੇ ਇਨੈਕਟਿਵ ਹੈ, ਹਾਂਜੀ ਉਹ ਕਿਉਂ ਹੈ? ਜਦੋਂ ਤੁਹਾਡੇ ਤੁਸੀਂ ਮੋਬਾਈਲ ਵਰਤਦੇ ਹੋ, ਸਾਰਾ ਦਿਨ ਮੋਬਾਈਲ ਵਰਤਦੇ ਹੋ, ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ, ਯਾਦ ਰੱਖਿਓ ਜਿਸ ਤਰ੍ਹਾਂ ਅੰਧਾ ਧੁੰਦ ਸਾਡੇ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਆ, ਆਉਣ ਵਾਲੇ ਸਮੇਂ 'ਚ ਹਰ ਬੱਚਿਆਂ ਨੂੰ ਐਨਕਾਂ ਲੱਗਣਗੀਆਂ, ਠੀਕ ਹੈ, ਔਰ ਆਉਣ ਵਾਲੇ ਸਮੇਂ 'ਚ ਨੌਜਵਾਨ ਜਿਹੜੇ ਸਾਡੇ ਆ ਉਹ ਬੱਚਾ ਪੈਦਾ ਕਰਨ ਦੇ ਵੀ ਲਾਇਕ ਨਹੀਂ ਰਹਿਣਗੇ ਮੋਬਾਈਲਾਂ ਕਰਕੇ। ਅੱਜ ਸਾਡੇ ਆਈ ਵੀ ਕਿੰਨੇ ਸੈਂਟਰ ਖੁੱਲ੍ਹੇ ਯਾਰ, ਤੁਸੀਂ ਦੇਖੋ ਅੱਜ ਹੋ ਕੀ ਰਿਹਾ, ਅੱਜ ਸਾਰਾ ਸੈਂਟਰਾਂ ਦੇ ਬਾਹਰ ਭੀੜ ਲੱਗੀ ਕਿ ਨਹੀਂ ਲੱਗੀ, ਕਿਉਂ ਲੱਗ ਰਹੀ ਆ? ਉਹਦਾ ਇੱਕ ਕਾਰਨ ਹੈ, ਉਹਦਾ ਰਿਜ਼ਲਟ ਮੈਂ ਤੁਹਾਨੂੰ ਹੁਣੇ ਦਿੰਦਾ। ਆਹ ਵੀਰ ਜੀ ਖੜੇ ਆ, ਮੈਂ ਇਹਨਾਂ ਦੇ ਉੱਤੇ ਇੱਕ ਡੈਮੋ ਕਰੂੰਗਾ ਤੁਹਾਡੇ ਸਾਹਮਣੇ ਲਾਈਵ ਦੇ ਵਿੱਚ। ਇਹ ਨਹੀਂ ਵੀ ਡੈਮੋ ਕੀ ਆ, ਇੱਕ ਮਿੰਟ ਰੁਕਿਓ, ਆਹ ਪਾਣੀ ਪਿਆ, ਧਿਆਨ ਦਿਓ, ਆਹ ਸਾਫ਼ ਗਲਾਸ ਹੈ, ਆਹ ਗਲਾਸ ਦੇ ਵਿੱਚ ਮੈਂ ਪਾਣੀ ਪਾਇਆ, ਹਾਂਜੀ ਇਹ ਪਾਣੀ ਦਿੱਤਾ, ਫੜਿਓ ਪਾਣੀ ਫੜਿਓ, ਠੀਕ ਹੈ, ਇਹ ਪਾਣੀ ਇਹਨਾਂ ਦੇ ਘਰ ਦਾ ਹੀ ਆ ਬਜ਼ੁਰਗੋ, ਹਾਂਜੀ ਆਹ ਵੀਰ ਜੀ ਦਾ 33% ਸੈੱਲ ਇਸ ਟਾਈਮ ਇਨੈਕਟਿਵ ਹੈ, ਜਿਹਨੂੰ ਆਪਾਂ ਕਹਿੰਦੇ ਵੀ ਉਹ ਕੰਮ ਨਹੀਂ ਕਰ ਰਹੇ, ਹਾਂਜੀ ਇੰਜਨ 4 ਸਿਲੰਡਰ ਹੈ, ਗੱਡੀ 4 ਸਿਲੰਡਰ ਹੈ, ਲੇਕਿਨ ਉਹਦਾ ਸਿਲੰਡਰ ਇੱਕ ਬੰਦ ਹੋ ਗਿਆ, 3 ਤੇ ਫਸ 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 ਕਰਦੀ ਹੈ। ਅੱਛਾ, ਇੱਕ ਚਲਾਉਣਾ ਆਪਾਂ ਹੁਣ, ਹੈ ਚਲਾਉਣਾ ਹੈ, ਹੁਣ ਚਲਾਉਣਾ ਕਿਵੇਂ ਆ, ਚਲਾ ਦੂ ਇਹਨਾਂ ਦਾ ਇਹ, ਜਦੋਂ ਇਹਨਾਂ ਦੇ ਹੱਥ ਵਿੱਚ ਮੈਂ ਆਹ ਚੀਜ਼ ਪਾਤੀ ਤੇ ਇਹਨਾਂ ਦੇ ਸਾਰੇ ਸਿਲੰਡਰ ਚੱਲ ਪੈਣਗੇ। ਆ ਫੋਕਾ ਪਾਣੀ ਪੀ ਕੇ? ਨਹੀਂ ਨਹੀਂ, ਪਾਣੀ ਤਾਂ ਬਾਅਦ 'ਚ ਬਣਾਉਂਦਾ, ਆਹ ਤਾਂ ਮੈਂ ਇਹਨਾਂ ਦੇ ਹੱਥ 'ਚ ਪਾਤੀ, ਹਾਂਜੀ ਜਦੋਂ ਇਹਨਾਂ ਦੇ ਹੱਥ 'ਚ ਪਾਤੀ ਤਾਂ ਉਦੋਂ ਸਮਝ ਲਓ ਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਬੋਡੀ ਦਾ, ਹਾਂਜੀ ਉਹ 100% ਕੰਮ ਕਰੂਗਾ। ਪਰ ਆਪਾਂ ਉਸ ਤੋਂ ਪਹਿਲਾਂ ਇੱਕ ਐਗਜ਼ਾਮਪਲ ਕਰਦੇ ਹਾਂ ਵੀ ਜੀ, ਤੁਸੀਂ ਸਿੱਧਾ ਖੜ ਜਾਣਾ ਇੱਦਾਂ, ਬਿਲਕੁਲ ਸਿੱਧੇ ਖੜ ਜਾਓ, ਇਹਦਾ ਪੈਰ ਵੀ ਜੋੜਨੇ ਜੀ, ਪੈਰ ਸਿੱਧੇ ਖੜ ਜਾਓ, ਘਬਰਾਹਟ ਤੋਂ ਬਣਾ, ਲੱਤ ਆਹ ਬਾਂਹ ਸਿੱਧੀ ਕਰ ਲਓ, ਕਰ ਲਈ ਇਹਨੂੰ ਨਾਲ ਲਾ ਲਓ, ਹੁਣ ਆਹ ਲੱਤ ਚੱਕ ਲਓ, ਐਂ ਇੱਕ ਪੈਰ 'ਤੇ ਬੈਲੈਂਸ ਬਣਾ ਲਓ, ਹਾਂ ਇੱਕ ਪੈਰ 'ਤੇ ਬੈਲੈਂਸ ਬਣਾ ਲਿਆ, ਮੈਂ ਤਾਂ ਹੱਥ ਰੱਖੂੰਗਾ, ਤੁਸੀਂ ਲੱਤ ਨਹੀਂ ਥੱਲੇ ਹੁਣ ਦੇਣੀ, ਆਪਾਂ ਦੇਖਾਂ ਵੀ ਤਾਕਤ ਕਿੰਨੀ ਹੈ ਨਾ, ਮੈਂ ਇਹਨੂੰ ਵੀ ਇੱਧਰ ਕਰ ਲਾਂ ਕਿਤੇ ਮੇਰੇ ਵਾਲਾ ਵੀ ਤੁਹਾਡੇ ਨਾਲ ਕਰੰਟ ਨਾਲ ਜਾਵੜੇ, ਤੁਸੀਂ ਲੱਤ ਨਹੀਂ ਥੱਲੇ ਆਉਣ ਦੇਣੀ, ਮੈਂ ਤਾਂ ਦਬਾਉਣਾ, ਹੱਥ ਰੱਖਿਆ ਲੱਤ ਥੱਲੇ, ਭਾਰ ਬਹੁਤਾ ਨਹੀਂ ਪਾਇਆ ਹੈ, ਪਰ ਫਿਰ ਦੁਬਾਰਾ ਕਰ ਲਓ ਯਾਰ, ਭਾਰ ਤਾਂ ਪਾਇਆ ਹੀ ਨਹੀਂ, ਬਿਲਕੁਲ ਭਾਰ ਥੋੜ੍ਹਾ ਪਾਇਆ ਨਾ, ਤਾਂ ਵੀ ਲੱਗੀ ਥੱਲੇ, ਤਾਂ ਵੀ ਲੱਗੀ, ਹੁਣ ਆਪਾਂ ਕੀ ਕਰਦੇ ਹਾਂ, ਹੁਣ ਆਪਾਂ ਆਹ ਦੇਖੋ ਆਪਾਂ ਪਾਣੀ ਦੇ ਉੱਤੋਂ ਦੀ ਮੰਤਰ ਛੰਤਰ ਕਰ ਦੇਣਾ ਸਾਰਾ, ਦੇਖ ਲਓ ਬਾਬੇ ਤਾਂ ਸਿੱਖਿਆ ਤਾਂ ਨਹੀਂ ਤੁਸੀਂ ਕੁਛ, ਬਾਬੇ ਤਾਂ ਬਾਬੇ ਨਾਨਕ ਤੋਂ ਬਹੁਤ ਕੁਛ ਸਿੱਖਿਆ, ਬਾਣੀ ਤੋਂ ਸਿੱਖੀ ਦਾ, ਪਰ ਝਾੜ ਪੂਸ ਵਾਲਾ ਤਾਂ ਨਹੀਂ ਸਿੱਖਿਆ, ਇਹਨੇ ਕੀ ਕੀਤਾ, ਇਹਨੂੰ ਚਾਰਜ ਕਰਤਾ ਪਾਣੀ ਨੂੰ, ਹੁਣ ਇਹਨਾਂ ਨੂੰ ਪਿਲਾ ਦਿਓ, ਲਓ ਬਾਈ ਜੀ, ਮੈਂ ਵੀ ਆਪਦਾ ਲਾ ਕੇ ਰੱਖਦਾ, ਮੁੜ ਕੇ ਬਾਅਦ 'ਚ ਨਾ ਕਈ ਲੋ ਪੀ ਲਓ ਵੀਰ ਜੀ ਪਾਣੀ, ਪਾਣੀ ਪੀ ਲਓ ਜੀ। ਅੱਛਾ, ਮਤਲਬ ਉੱਤੋਂ 2-4 ਆ ਰਹੀਆਂ, ਕੀ ਤਾਂ ਕੋਈ ਬਸ ਗੱਲ ਬਣ ਗਈ ਫਿਰ, ਹੈ ਗੱਲ ਹੁਣ ਤੁਸੀਂ ਦੇਖਿਓ ਬਸ ਇੰਨਾ ਹੀ ਬਹੁਤ ਆ, ਤੁਹਾਨੂੰ 2 ਵਾਰੀ ਫਿਰ ਪਾਣੀ ਪਿਉਣਾ ਜੇ ਅਸੀਂ। ਅੱਛਾ ਜੀ, ਹੁਣ ਤੁਸੀਂ ਦੇਖਿਓ ਕਿ ਬਈ 30 ਸਕਿੰਟਾਂ ਦੇ ਵਿੱਚ ਇਹਨਾਂ ਦੀ ਬੋਡੀ ਵਿੱਚ ਕੀ ਫਰਕ ਪੈਂਦਾ,
30 ਸਕਿੰਟ ਓਨਲੀ ਆਪਣੇ ਗੱਲ ਕਰਦੇ ਕਰਦੇ ਜੀ। ਹਾਂਜੀ ਹੁਣ ਤੁਸੀਂ ਕਰਨਾ ਜੀ ਉੱਦਾਂ ਹੀ ਖੜ ਜਾਓ ਸਿੱਧੇ ਜਿਵੇਂ ਪਹਿਲਾਂ ਖੜੇ ਸੀ, ਸਿੱਧੇ ਹੀ ਖੜ ਜਾਓ ਵੀਰ ਜੀ। ਗੱਲ ਇੱਦਾਂ ਮੈਂ ਹੱਥ ਰੱਖਿਆ ਸੀ ਹੱਥੋਂ ਵੀ ਹੁਣ ਰੱਖੂੰਗਾ, ਠੀਕ ਆ। ਤੁਸੀਂ ਤੁਹਾਡਾ ਨਾਮ ਕੀ ਹੈ? ਆਤਮਾ ਸਿੰਘ। ਤੁਸੀਂ ਮੈਨੂੰ ਜਾਣਦੇ ਤਾਂ ਨਹੀਂ? ਨਹੀਂ ਜੀ। ਆਪਾਂ ਮਿਲੇ ਤਾਂ ਨਹੀਂ ਪਹਿਲਾਂ? ਨਹੀਂ। ਮੈਂ ਤੁਹਾਡੇ ਤੋਂ ਡੈਮੋ ਕਰ ਰਿਹਾ, ਮੁੜ ਕੇ ਲੋਕ ਕਹਿ ਨਾ ਕਹਿਣ ਵੀ ਪਤਾ ਨਹੀਂ ਆਪਦਾ ਹੀ ਬੰਦਾ ਥੱਲੇ ਦੀ ਪਾਣੀ ਪਿਲਾ ਕੇ ਪਤਾ ਨਹੀਂ। ਹੁਣ ਉੱਦਾਂ ਹੀ ਖੜ ਜਾਓ ਆਤਮਾ ਸਿੰਘ ਜੀ ਸਿੱਧੇ ਜਿਵੇਂ ਪਹਿਲਾਂ ਖੜੇ ਸੀ। ਘਬਰਾਉਣਾ ਇਸ ਇੱਕ ਬੈਲੈਂਸ ਬਣਾ ਲਓ ਪੈਰ 'ਤੇ, ਬਸ ਇੱਕ ਪੈਰ ਦੇ ਉੱਤੇ ਨਾ ਬੈਲੈਂਸ ਬਣੇ, ਲੱਤ ਚੱਕ ਲਓ, ਚੱਕ ਲਓ ਲੱਤ। ਹੁਣ ਆਪਾਂ ਨੇ ਇੱਥੋਂ ਦਬਾਉਣਾ ਹੈ ਅਤੇ ਹੁਣ ਆਪਾਂ ਦੇਖਦੇ ਹਾਂ ਵੀ ਤੁਹਾਡੀ ਤਾਕਤ ਕਿੰਨੀ ਕੁ ਬਣ ਗਈ। ਮੈਂ ਦਬਾਉਣਾ, ਤੁਸੀਂ ਉਹਨੂੰ ਰੋਕਣਾ ਹੈ। ਐਤਕੀ ਟਾਈਮ ਵੱਧ ਲੱਗ ਰਿਹਾ ਹੈ ਬੰਦਾ, ਮਤਲਬ ਇਹਨੂੰ ਨੱਪਦੇ ਬੰਦਾ ਹਿੱਲੂ ਨਹੀਂ, ਮਤਲਬ ਨੱਪਦਾ ਪੂਰਾ। ਹੁਣ ਮੈਂ ਇੱਕ ਤਰੀਕਾ ਹੋਰ ਕਰਦਾ, ਆਹ ਲਓ ਤੁਹਾਡਾ ਮੇਰਾ ਫੋਨ ਪਿਆ, ਇਹ 'ਚ ਕਿਹੜਾ ਪ੍ਰੋਟੀਨ ਸ਼ੇਕ ਸੀਗਾ ਜਿਹੜਾ ਇਹ ਜਕਦਮ ਹੀ ਤਾਕਤ ਆ ਗਈ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਹ ਸਾਡੇ ਇਹੀ ਚੀਜ਼ ਤਾਂ ਤੁਹਾਨੂੰ ਵਿਖਾਉਣੀ ਹੈ। ਤੁਸੀਂ ਤੁਹਾਡਾ ਮੋਬਾਈਲ ਨੰਬਰ, ਮੋਬਾਈਲ ਚੱਲਦਾ? ਹਾਂਜੀ। ਤੁਸੀਂ ਮੇਰੇ ਘੰਟੀ ਮਾਰੋ ਫੋਨ 'ਤੇ। ਮੈਂ ਆਪਣੇ ਫੋਨ ਤੋਂ ਮਾਰੋ? ਹਾਂ ਮਾਰੋ। ਅੱਛਾ ਘੰਟੀ ਮਾਰੋ, ਮਾਰੋ ਮਾਰੋ ਇਹ, ਜਲਦੀ ਮਾਰੋ ਘੰਟੀ। ਆਪਾਂ ਇੱਕ ਕੰਮ ਕਰਦੇ ਹਾਂ, ਠੀਕ ਹੈ, ਆਪਾਂ ਪ੍ਰੈਕਟੀਕਲ ਪੂਰਾ ਕਰਾਂਗੇ, ਇਹ ਕੋਈ ਕੱਚਾ ਕੰਮ ਨਹੀਂ ਹੈ। ਆ ਲਓ ਜੀ, ਆ ਮੇਰੇ ਫੋਨ ਤੋਂ ਹਾਂ ਫੋਨ ਜਾਂਦਾ ਪਿਆ ਜੀ, ਹੁਣ ਜਾਂਦਾ। ਤੁਸੀਂ ਲਓ ਜੀ, ਇਹਨੂੰ ਹੈਲੋ ਕਰਿਓ, ਇਹਨਾਂ ਨਾਲ ਗੱਲ ਕਰਿਓ। ਚਲੋ ਫੋਨ ਮੈਂ ਚੱਕਦਾ, ਹੈਲੋ ਕਰੋ ਕੰਨ 'ਤੇ ਲਾ ਕੇ ਜੀ, ਕੰਨ 'ਤੇ ਲਾ ਕੇ ਹੈਲੋ ਕਰੋ। ਠੀਕ ਆ ਜੀ, ਹੈਲੋ ਹੋ ਗਈ ਜੀ? ਹੈਲੋ ਜੀ, ਹਾਂਜੀ ਹੋ ਗਈ, ਬਸ ਜੀ ਛੱਡ ਦਿਓ ਜੀ ਹੁਣ, ਬਸ ਕੱਢ ਦਈਏ ਜੀ। ਇੰਨੀ ਤੁਹਾਡੀ ਬੱਸ ਲਿਆਜ ਪਾਉਣੀ ਸੀ ਆਪਾਂ। ਅੱਛਾ, ਮੈਂ ਹੁਣ ਦੇਖਣਾ, ਹੁਣ ਫਿਰ ਉਵੇਂ ਹੀ ਖੜਨਾ ਜੀ ਜਿਵੇਂ ਪਹਿਲਾਂ ਖੜੇ ਸੀ, ਵੀ ਆਪਾਂ ਪਾਣੀ ਪੀਤਾ ਸੀ। ਹਾਂਜੀ, ਅਤੇ ਉਹ ਵੀ ਸਿੱਧੇ ਖੜ ਜਾਓ, ਠੀਕ ਹੈ ਜੀ। ਮੈਂ ਬਾਂਹ ਕਰ ਲਓ ਸਿੱਧੀ, ਪੈਰ ਉਵੇਂ ਚੱਕ ਲਓ, ਠੀਕ ਹੈ ਜੀ। ਹੁਣ ਮੈਂ ਇੱਥੇ ਹੱਥ ਰੱਖਣਾ, ਹਾਂਜੀ, ਪਹਿਲਾਂ ਬੈਲੈਂਸ, ਨਹੀਂ ਨਹੀਂ ਯਾਰ ਤੁਸੀਂ ਐਂ ਨਾ ਕਰੋ ਯਾਰ, ਪੂਰਾ ਬੈਲੈਂਸ ਬਣਾਓ ਜੀ, ਪੂਰਾ ਐਂ ਬਾਂਹ ਨਾਲ ਲਾਓ। ਹੁਣ ਮੈਂ ਇੱਥੋਂ ਦਬਾਉਣਾ, ਉਹ ਦਬਣ ਨਹੀਂ ਦੇਣਾ, ਦੇਖਦੇ ਹਾਂ ਕਿੰਨਾ ਕੁ ਤੁਸੀਂ ਰੋਕ ਸਕਦੇ ਹੋ। ਲੱਗ ਗਈ ਥੱਲੇ, ਹੁਣ ਤੁਹਾਡੇ ਐਨਰਜੀ ਖਤਮ ਹੋ ਗਈ ਉਹ ਵਾਲੀ। ਇੱਕ ਮੋਬਾਈਲ ਦੀ ਇੱਕ ਘੰਟੀ ਨੇ, ਹਾਂਜੀ, ਜਿਹੜੀ ਐਨਰਜੀ ਬਣੀ ਸੀ ਉਹ ਥੱਲੇ ਸਿੱਟਤੀ। ਪਹਿਲਾਂ ਪਾਣੀ ਪਿਲਾਇਆ, ਹਾਂਜੀ, ਐਕਟਿਵ ਹੋ ਗਏ ਸੈੱਲ, ਜਦੋਂ ਇੱਕ ਇਹਨਾਂ ਦੇ ਰੇਂਜ ਆਈ, ਇਹਨਾਂ ਨੇ ਹੈਲੋ ਕੀਤਾ ਤੇ ਨਾਲ ਦੀ ਨਾਲ ਐਨਰਜੀ ਥੱਲੇ ਡਿੱਗੀ, ਇੱਕ ਸਿਲੰਡਰ ਬੰਦ ਹੋ ਗਿਆ ਹੈ, 33% ਸੈੱਲ ਬੰਦ। ਹੁਣ ਫਿਰ ਆਪਾਂ ਐਕਟਿਵ ਕਰਾਂਗੇ, ਇੰਨੀ ਜਲਦੀ ਨਹੀਂ ਖੇੜਾ ਛੱਡਦੇ। ਇਹ ਨਹੀਂ ਗੱਲ, ਜਿਹੜੇ ਕਮੈਂਟ ਪਾਉਣ ਵਾਲੇ ਆ ਨਾ, ਹਾਂਜੀ, ਉਹਨਾਂ ਨੇ ਫਿਰ ਪੰਜਾਬੀ 'ਚ, ਮੈਂ ਕੁਛ ਕਹਿੰਦਾ ਨਹੀਂ ਵੀ ਕੀ ਕਰਨਾ, ਮੈਂ ਉਹਨਾਂ ਨੂੰ ਵਿਖਾਉਣਾ ਵੀ ਪ੍ਰੈਕਟੀਕਲ ਕਿਵੇਂ ਹੁੰਦਾ। ਇੱਕ ਡੈਮ, ਦੋ ਡੈਮ ਹੋਰ ਕਰੂੰਗਾ ਜੀ ਇੱਥੇ ਇਸੇ ਵੀਡੀਓ 'ਚ। ਹੁਣ ਤੁਸੀਂ ਕੀ ਕਰਨਾ ਵੀਰ ਜੀ, ਸਿੱਧੇ ਖੜ ਜਾਓ, ਇੱਥੇ ਆ ਜਾਓ, ਇੱਥੇ ਆਓ, ਇੱਧਰ ਨੂੰ ਮੂੰਹ ਕਰ ਲਓ, ਇਹ ਹਾਂ, ਇੱਧਰ ਸਿੱਧਾ ਪੈਰ ਜੋੜ ਲਓ, ਪੈਰ ਜੋੜੋ, ਪੈਰ ਇੱਦਾਂ ਪੈਰ ਜੋੜੋ, ਜੋੜ ਜੋ, ਇਹ ਪੈਰ ਹਿੱਲਣੇ ਨਹੀਂ ਚਾਹੀਦੇ, ਠੀਕ ਹੈ ਜੀ। ਹੁਣ ਤੁਸੀਂ ਖੱਬਾ ਹੱਥ ਅੱਗੇ ਕਰੋ, ਖੱਬਾ ਹੱਥ ਕਰੋ, ਇਹਨੂੰ ਇੱਥੇ ਨਾਲ ਲਾ ਲਓ, ਠੀਕ ਹੈ ਜੀ। ਇਹਦੇ 'ਤੇ ਵੇਖਣਾ ਤੁਸੀਂ, ਇਹਦੇ 'ਤੇ ਵੇਖਣਾ, ਮੇਰੇ ਵੱਲ ਨਹੀਂ, ਮੇਰਾ ਹੱਸਣਾ ਨਹੀਂ, ਇਹਦੇ ਵੇਖਣਾ, ਇਹਨੂੰ ਵੇਹਦੇ ਵੇਹਦੇ ਪਿੱਛੇ ਨੂੰ ਘੁੰਮਦੇ ਜਾਓ, ਅੱਜ ਥੋੜ੍ਹੇ ਅੱਗੇ ਆ ਜਾਓ, ਸ਼ਾਇਦ ਥੋੜ੍ਹੇ ਅੱਗੇ ਆ ਜਾਓ, ਇਹ ਪੈਰ ਬਰਾਬਰ ਜੋੜ ਲਓ, ਪੈਰ ਨਹੀਂ ਹਿੱਲਣੇ ਹੁਣ ਤੁਹਾਡੇ। ਅੱਛਾ, ਮਤਲਬ ਐਂ ਘੁੰਮਣਾ ਜੀ, ਇੱਦਾਂ ਹੈ, ਇੱਦਾਂ, ਹਾਂਜੀ, ਇੱਦਾਂ, ਪਿੱਛੇ ਪਿੱਛੇ ਨੂੰ ਜਾਣਾ, ਪਿੱਛੇ ਨੂੰ ਪਿੱਛੇ ਜਾਓ, ਉੱਧਰ ਨੂੰ ਅੰਗੂਠਾ ਘੁੰਮਾਉਣਾ, ਇੱਦਾਂ ਜੀ, ਐਂ ਐਂ ਜਿਵੇਂ ਇਹਦੇ ਨੂੰ ਜਾਇਓ ਨਾ, ਇਹਨੂੰ ਵੇਹਦੇ ਜਾਓ, ਜਿੱਥੇ ਜਾ ਕੇ ਦਰਦ ਹੋਣਾ ਸ਼ੁਰੂ ਹੋ ਜਾਏ ਉੱਥੇ ਰੁਕ ਜਾਣਾ, ਵੀ ਜੇ ਤੁਹਾਡਾ ਗਾਂਹ ਨਹੀਂ ਜਾ, ਤੋਰੀ ਚਲੋ, ਇਹਨੂੰ ਨੌ ਨੌ ਤੇ ਨਿਗਾਹ ਹੋਵੇ, ਨੱਕ ਦੇ ਵੀ ਪੂਰੀ ਨੌ ਤੇ ਨਿਗਾਹ, ਚਲੋ 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 ਜਾਓ, ਸਪੀਡ ਵਧਾ ਦੇ ਭਾਵੇਂ ਜੀ, ਕੋਈ ਚੱਕਰ ਨਹੀਂ, ਹਾਂ, ਆਹ ਬਾਂਹ ਨਾ ਰੱਖਣੀ ਇੱਥੇ, ਹਾਂਜੀ, ਤੇ ਜਿੱਥੇ ਜਾ ਕੇ ਰੁਕ ਜਾਏ ਨਾ ਉੱਥੇ ਰੁਕ ਜਾਣਾ, ਤੁਸੀਂ ਵੇਖਣਾ ਉੱਧਰ ਆ ਮਹਾਰਾਜ ਨੌ ਨੂੰ, ਵੇਖਣਾ ਨੌ ਨੂੰ ਹੈ, ਮੇਰੇ ਵੱਲ ਨਹੀਂ ਵੇਖਣਾ, ਨੌ ਨੂੰ ਵੇਖ ਕੇ ਰੁਕ ਜਾਓ ਜਿੱਥੇ ਰੁਕਦੀ ਆ, ਹਾਂਜੀ, ਵੀ ਤੁਹਾਡੀ ਅੱਖਾਂ ਦੇ ਵਿੱਚ ਧੌਣ ਮੁੜਨ ਨੂੰ ਬੰਦ ਹੋ ਜਾਏ, ਹਾਂਜੀ, ਦੁਬਾਰਾ ਕਰ ਲਓ, ਨਿਗਾਹ 'ਚ ਅੰਗੂਠਾ ਬਾਹਰ ਨਾ ਜਾਵੇ ਜੀ, ਬਸ 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 ਮੁੜੋ, ਚਲੋ ਚਲੋ ਚਲੋ, ਜਿੱਥੇ ਜਾ ਕੇ ਰੁਕਣਾ ਉੱਥੇ ਰੁਕ ਜਾਓ, ਬਸ ਬਸ ਦੇਖ ਲਿਓ।
ਉਹ ਨਿਸ਼ਾਨੀ ਲਾ ਦੇ ਵੀ ਅਦੂ ਬਾਣ ਗਾਹ ਨਹੀਂ ਜਾਂਦੀ ਨਿਸ਼ਾਨੀ ਲੱਗ ਗਈ ਤਾਂ ਇੱਥੋਂ ਗਾਹ ਨਹੀਂ ਜਾਂਦੀ ਜੀ ਹੁਣ ਰੋਗੀ ਜੀ ਹਾਂਜੀ ਬਾ ਉੱਥੇ ਇੱਥੇ ਹੁਣ ਨਿਸ਼ਾਨੀ ਲਾ ਲਓ ਸਾਹਮਣੇ ਆਪਣੀ ਬਾਬੇ ਦੇ ਬਾਬੇ ਦੀ ਪੱਗ ਨੂੰ ਸਿੱਧਾ ਹੋ ਗਿਆ ਆਹ ਨਿਸ਼ਾਨੀ ਹੈ ਜੀ ਮੈਂ ਖੜ ਗਿਆ ਮੈਂ ਤੁਸੀਂ ਖੜ ਗਏ ਹੁਣ ਮੈਂ ਇੱਥੋਂ ਨਹੀਂ ਹਿੱਲਣਾ ਹੁਣ ਮੈਂ ਤੁਹਾਨੂੰ ਪਾਣੀ ਫੇਰ ਪਿਲਾਉਣਾ ਮੈਂ ਤੁਹਾਨੂੰ ਕਿਹਾ ਸੀ ਵੀ ਪਾਣੀ ਉਹਨਾਂ ਪੀਓ ਕਿ ਬਈ ਠੀਕ ਹੈ ਜੀ ਤਾਂ ਪਾਣੀ ਬਾਹਲਾ ਨਹੀਂ ਪਿਲਾਉਂਦੇ ਬਾਹਲਾ ਪਾਣੀ ਨਹੀਂ ਪਿਲਾਉਂਦੇ ਮੰਤਰ ਫੇਰ ਵੱਜਣਾ ਜੱਟਾ ਹੁਣ ਦੇਖੀ ਹੁਣ ਸ਼ਾਇਦ ਅਸਲ ਕੀ ਹੈ ਇਹ ਮੰਤਰ ਨਹੀਂ ਇਹ ਹੈ ਸਾਇੰਸ ਜਾਪਾਨ ਦੀ ਟੈਕਨੋਲੋਜੀ ਆ ਸਾਡਿਆਂ ਨੂੰ ਸਮਝ ਹੌਲੀ ਹੌਲੀ ਆਉਂਦੀ ਆ ਜਦੋਂ ਬਾਈ ਦੀਪ ਸਿੱਧੂ ਸਮਝਾਉਂਦਾ ਹੁੰਦਾ ਸੀ ਨਾ ਇਹਨਾਂ ਨੂੰ ਆਪਦੀਆਂ ਗੱਲਾਂ ਉਹ ਤਾਂ ਸਮਝ ਨਹੀਂ ਆਉਂਦੀਆਂ ਸੀ ਇਹਨਾਂ ਨੂੰ ਤੇ ਅੱਜ ਹੁਣ ਬਾਈ ਦੀਪ ਨੂੰ ਲੱਭਦੇ ਨੇ ਪੰਜਾਬੀ ਸਾਡੇ ਪਰ ਫਰਕ ਇੰਨਾ ਹੀ ਆ ਗੱਲ ਇੰਨੀ ਆ ਵੀ ਇਹ ਸਾਇੰਸ ਆ ਜਿਹਨੂੰ ਸਮਝ ਆ ਗਈ ਉਹਨੂੰ ਸਮਝ ਆ ਗਈ ਜਿਹਨੇ ਭਗਾਈ ਮਾਰਨੀ ਉਹਨੇ ਮਾਰੀ ਜਾਣੀ ਆ ਚਲੋ ਵੀਰ ਜੀ 30 ਸਕਿੰਟਾਂ 'ਚ ਫਿਰ ਉੱਦਾਂ ਹੀ ਹੱਥ ਉਵੇਂ ਕਰੋ ਤੁਹਾਡੇ ਤੁਸੀਂ ਖੜੇ ਹੋ ਮੈਂ ਉੱਥੇ ਹੀ ਖੜਾ ਜੀ ਬਸ ਘੁਮਾ ਦਿਓ ਜੀ ਪਿੱਛੇ ਨੂੰ ਦੇਖੋ ਚਲੋ ਜੀ ਪਿੱਛੇ ਆਉਣ ਦਿਓ ਜੀ ਜਾਣ ਦਿਓ ਜੀ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਅੱਛਾ ਇਹ ਤਾਂ ਆ ਗਿਆ ਹੋਰ ਚੱਲ ਜੂ ਜੀ ਚਲੋ ਦੇਖੋ ਦੇਖੋ ਉਹ ਕੋਈ ਬੰਦਾ ਆਪੇ ਦੱਸੂਗਾ ਯਾਰ ਤੁਸੀਂ ਜਾਣ ਦਿਓ ਤਾਂ ਬਣ ਗਈ ਗੱਲ ਕਿੰਨੇ ਫੁੱਟ ਹੋ ਗਿਆ ਇਹ ਤਾਂ ਆ ਲੋ ਬਾਹ ਦਾ ਫਰਕ ਪੈ ਗਿਆ ਸਿੱਧਾ ਸਿੱਧਾ ਪੈ ਗਿਆ ਡੇਢ ਫੁੱਟ ਬਣਦੇ ਹੋ ਹੋਰ ਜੀ ਡੇਢ ਫੁੱਟ ਦਾ ਫਰਕ ਪਿਆ ਕਾਰਨ ਉਹੀ ਬੰਦਾ ਉਹੀ ਸੈੱਲ ਆ ਉਹੀ ਸਿਸਟਮ ਹੈ ਉਹੀ ਪਾਣੀ ਹੈ ਉਹੀ ਚੀਜ਼ ਹੈ ਕਾਰਨ ਕੀ ਹੈ ਹੁਣ ਇਹ ਐਕਟਿਵ ਹੋ ਗਿਆ ਹਾਂਜੀ ਇਹ ਵੀਰ ਐਕਟਿਵ ਹੋ ਗਿਆ ਹੁਣ ਤੇ ਐਕਟਿਵ ਹੋਣ ਤੋਂ ਬਾਅਦ ਜਾਨੀ ਕਿ ਇਹਦੇ ਸੈੱਲ ਜਿਹੜੇ ਹੈਗੇ ਆ ਪੂਰਾ ਕੰਮ ਕਰ ਰਹੇ ਆ ਜਾਨੀ ਕਿ ਜੇ ਇਹ ਚੀਜ਼ ਨੂੰ ਆਪਾਂ ਇਹਦੇ ਵਿੱਚ ਕੀ ਹੈ ਲੱਗਿਆ ਹੋਇਆ ਹੁਣ ਸੁਣ ਲਓ ਕਈ ਲੋਕ ਕਹਿਣਗੇ ਇਹ ਜੇ ਜਰਮੇਨੀਅਮ ਇਹ ਟਾਈਟੇਨੀਅਮ ਤੋਂ ਬਣਿਆ ਹੋਇਆ ਜਿਹਨੂੰ ਜਹਾਜ਼ਾਂ ਨੂੰ ਲੋਹਾ ਲੱਗਦਾ ਉਹ ਟਾਈਟੇਨੀਅਮ ਹੁੰਦਾ ਹਾਂਜੀ ਜਰਮੇਨੀਅਮ ਮੈਗਨੈਟਿਕ ਦਾ ਇਹ ਕੰਬੀਨੇਸ਼ਨ ਹੈ ਜਦੋਂ ਇਹ ਹੱਥ 'ਚ ਪਾ ਲੈਂਦੇ ਹਾਂ ਇਹ ਬੋਡੀ ਦੇ ਅੰਦਰ ਇੱਕ ਔਰਾ ਬਣਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦੇ ਪਿੱਛੇ ਕੋਈ ਸੀਸ ਦੇ ਪਿੱਛੇ ਨਹੀਂ ਦਾ ਲਾਈਟ ਜੀ ਹੁੰਦੀ ਨਾ ਪਿੱਛੋਂ ਉਹਨੂੰ ਔਰਾ ਬੋਲਦੇ ਆ ਇਹ ਬੋਡੀ ਦੇ ਅੰਦਰ ਇੱਕ ਔਰਾ ਬਣਾਉਂਦਾ ਜਦੋਂ ਇਹ ਹੱਥ 'ਚ ਪਾ ਲਿਆ ਉਦੋਂ ਬਾਅਦ ਤੁਹਾਡਾ ਮੋਬਾਈਲ ਭਾਵੇਂ ਚਾਰ ਚੱਕੀ ਫਿਰਿਓ ਤੁਹਾਡੀ ਬੋਡੀ 'ਤੇ ਅਸਰ ਨਹੀਂ ਹੋਊਗਾ ਤਾਂ ਤੁਸੀਂ ਜ਼ਿਆਦਾ ਮੋਬਾਈਲ ਚੱਕੀ ਫਿਰਦੇ ਹੋ ਡਰ ਨਹੀਂ ਮੈਂ ਤਾਂ ਦੋ ਹੀ ਰੱਖਦਾ ਵੀ ਦੋ ਮੇਰੇ ਜਿੰਨੇ ਤਾਂ ਤੁਸੀਂ ਵੀ ਚੱਕੇ ਹੋਣੇ ਆ ਸਾਰੇ ਦੋ ਕਾਰਨ ਕੀ ਆ ਮੇਰੇ ਤਾਂ ਹੱਥ ਵਿੱਚ ਤਕਰੀਬਨ 2008 ਤੋਂ ਆ ਤੇ ਪਿੱਛੇ ਤੁਸੀਂ ਆਦਮਪੁਰ ਗਏ ਸੀ ਮੈਂ ਤਾਂ ਇਹਦੇ ਬਾਰੇ ਉਹਨੇ ਦੱਸਿਆ ਮੁੰਡੇ ਨੇ ਭਾਜੀ ਨੇ ਸਾਨੂੰ ਆਹ ਚੀਜ਼ ਦਿੱਤੀ ਆ ਫਿਰ ਉੱਥੇ ਉਹਨਾਂ ਨੇ ਕਿਹਾ ਸਾਨੂੰ ਜਿਹੜੇ ਗਾਹਕ ਸੀ ਸਾਨੂੰ ਕਰਕੇ ਦਿਖਾਇਆ ਸੀ ਕਰਕੇ ਦਿਖਾਇਆ ਤੇ ਇਹ ਇਹਦੇ ਨਾਲ ਕੀ ਆ ਵੀ ਇਹ ਸਮਝ ਲਓ ਵੀ ਜਦੋਂ ਤੁਸੀਂ ਇਹ ਹਾਂ ਲੇਡੀਜ਼ ਨੂੰ ਇੱਕ ਪ੍ਰੋਬਲਮ ਹੁੰਦੀ ਆ ਕਿ ਲੇਡੀਜ਼ ਦੀ ਪ੍ਰੋਬਲਮ ਕਰਕੇ ਲੇਡੀਜ਼ ਦੀਆਂ ਲੱਤਾਂ ਦੁਖਦੀਆਂ ਰਾਤ ਨੂੰ ਹਾਂਜੀ ਤੇ ਗੋਲੀਆਂ ਖਾਈ ਜਾਂਦੀਆਂ ਲੱਤਾਂ ਬੰਨੀ ਜਾਂਦੀਆਂ ਇਹ ਲੇਡੀਜ਼ ਦੇ ਹੱਥ 'ਚ ਪਾ ਦਿਓ ਤੇ ਉਸ ਦਿਨ ਤੋਂ ਤੁਸੀਂ ਇਹ ਸਮਝ ਲਓ ਵੀ ਲੱਤਾਂ ਦੁਖਣੀਆਂ ਬੰਦ ਹੋ ਜਾਣਗੀਆਂ ਉਸੇ ਦਿਨ ਤੋਂ ਉਸੇ ਸੇਮ ਡੇ ਤੋਂ ਸੇਮ ਡੇ ਤੋਂ ਤੇ ਨਾਲ ਜੇਕਰ ਖੂਨ ਘੱਟ ਹੈ ਧਿਆਨ ਵੀ ਦਿਓ ਫਿਰ ਹੀਮੋਗਲੋਬਿਨ ਵੀ ਪੂਰਾ ਕਰ ਲਿਓ ਬੋਟਲ ਨਾਲ ਪਿਆ ਕੇ ਤੇ ਫਿਰ ਸਿਸਟਮ ਇੰਨਾ ਹੀ ਆ ਬਸ ਬਸ ਹੁਣ ਮੰਨ ਲਓ ਜੇ ਕਿਸੇ ਨੂੰ ਇਹ ਚਾਹੀਦਾ ਹੋਇਆ ਹੈ ਹੁਣ ਇਹ ਹੋਊਗਾ ਵੀ ਮਹਿੰਗਾ ਫਿਰ ਨਾ ਨਾ ਮਹਿੰਗਾ ਕੀ 1500 ਰੁਪਏ ਦਾ ਯਾਰ 1500 ਹੀ ਬੋਲੋ 1500 ਦਾ ਇਹ ਮਹਿੰਗਾ ਕੀ ਆ ਮਤਲਬ ਅਗਲੇ ਘਰ ਤੱਕ ਪਹੁੰਚ ਜਾਣਾ ਅਸੀਂ ਤਾਂ ਮਤਲਬ ਦੇਖੋ ਅਸੀਂ ਤਾਂ ਜਿਹੜੀ ਚੀਜ਼ ਮੈਂ ਵਰਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਹਾਂਜੀ ਤੇ ਬਸ ਉਹਦੇ ਕਰਕੇ ਆ ਇਹ ਬਸ ਇੱਕੋ ਵਾਰੀ ਲੈਣਾ ਪੈਣਾ ਇੱਕੋ ਵਾਰੀ ਲੈਣਾ ਹੁਣ ਇੱਕ ਲਾਸਟ ਇੱਕ ਕਰ ਦਈਏ ਫਿਰ ਵੀਰ ਨੂੰ ਵਿਹਲਾ ਕਰਦੇ ਆ ਮਾਰ ਇੱਕ ਮਾਰ ਦਿਓ ਹੋਰ ਕਾਲ ਆਪਾਂ ਹੋਰ ਲਾਸਟ ਨਾ ਕਾਲ ਮਾਰਾਂ ਜੀ ਕਾਲ ਯਾਰ ਇੱਕ ਹੋਰ ਮਾਰ ਦੇ ਬਸ ਆਪਾਂ ਨਾ ਇੱਕ 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 ਡੈਮੋ ਹੋਰ ਕਰਨਾ ਬਸ ਹੁਣ ਹੁਣ ਡੈਮੋ ਕਰਾਂਗੇ ਤੇ ਹੱਥ 'ਚ ਆਪਾਂ ਇਹ ਬ੍ਰੈਸਲੇਟ ਪਵਾ ਕੇ ਠੀਕ ਹੈ ਜੀ ਅਗਲਾ ਕੱਲ ਨੂੰ ਸੋਚਦਾ ਵੀ ਪਾਣੀ 'ਚ ਪਤਾ ਨਹੀਂ ਕੀ ਪਾਇਆ ਹੁਣ ਆਪਾਂ ਹੁਣ ਇਹ ਵੀ ਆ ਗਿਆ ਨਾ ਆ ਕਰਿਓ ਜੀ ਹੈਲੋ 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 ਮਾਰਿਓ ਇਹ ਚੱਕ ਬਸ ਹੈਲੋ ਕਰ ਦਿਓ ਇਹ ਆ ਲਓ ਜੀ ਤਾਂ ਇਹ ਹੈਲੋ ਨਹੀਂ ਹੋ ਰਿਹਾ ਚੱਕ ਨਹੀਂ ਹੋ ਰਿਹਾ ਥੱਲੇ ਨੂੰ ਹੋਊਗਾ ਮਹਾਰਾਜ ਅੱਛਾ ਜੀ ਓਕੇ ਹੈਲੋ ਫੋਨ ਹੋ ਰਿਹਾ ਜੀ ਹੈਲੋ ਹੈਲੋ ਜੀ ਹੈਲੋ ਹਾਂ ਹੋ ਗਿਆ ਜੀ ਹਾਂਜੀ ਬਸ ਬਸ ਹੈਲੋ ਹੋ ਗਈ ਜੀ ਲੋ ਹੁਣ ਹੈਲੋ ਹੋ ਗਈ ਹੁਣ ਆਪਾਂ ਇੱਕ ਤਜਰਬਾ ਹੋਰ ਕਰਾਂਗੇ ਕਿ ਭਰਾ ਨੂੰ ਇਦਾਂ ਇਦਾਂ ਤੁਸੀਂ ਖੜੇ ਹੋ ਸਿੱਧਾ ਇਦਾਂ ਨਾ ਮਲਾਇਆ ਖੜ ਕੇ ਸਿੱਧੇ ਖੜ ਜਾਣਾ ਬਿਲਕੁਲ ਤੇ ਆਪਦੀਆਂ ਤੁਸੀਂ ਨਾ ਜਿਹੜੀਆਂ ਆ ਆ ਉਂਗਲਾਂ ਐਪ ਸਾ ਲੈਣੀਆਂ ਜਿਹਨੂੰ ਆਪਾਂ ਕਲੰਗੜੀ ਕਹਿੰਦੇ ਹਾਂ ਇਹ ਪਿੱਛੇ ਕਰ ਲਓ ਬੈਕ ਕਰ ਲਓ ਹਾਂਜੀ ਹਾਂਜੀ ਸਿੱਧੇ ਖੜ ਜਾਓ ਇਹਨੂੰ ਛੱਡ ਦਿਓ ਢਿੱਲਾ ਆ ਉਂਗਲਾਂ ਹੀ ਹੁਣ ਮੈਂ ਇੱਥੋਂ ਦੱਬਣਾ ਤੁਸੀਂ ਦਬਨ ਨਹੀਂ ਦੇਣਾ ਮੈਂ ਤੁਹਾਡੇ 'ਚ ਭਾਰ ਪਾਊਂਗਾ ਤੇ ਦੱਬ ਨਹੀਂ ਦੇਣਾ ਵੇਖਦੇ ਕਿੰਨੀ ਤਾਕਤ ਕਿਤੇ ਫੜਾਕਾ ਫੜੂਕਾ ਨਾ ਪੈ ਜਾਈ ਦੇਖਿਓ ਨਹੀਂ ਪੈਂਦਾ ਜੀ ਹਾਂ ਅੱਛਾ ਬਾਈ ਤੋਂ ਰੋਗ ਨਹੀਂ ਹੋਇਆ ਨਾ ਬਾਈ ਤੋਂ ਰੋਗ ਨਹੀਂ ਹੋਇਆ ਬਾਈ ਦੇ ਉੱਤੇ ਮੈਂ ਮਤਲਬ ਨੱਪਿਆ ਹਾਂਜੀ
ਹੁਣ ਦੇਖਿਓ ਵੀ ਬਾਈ ਦੇ ਉੱਤੇ ਆਪਾਂ ਇੱਕ ਤਜਰਬਾ ਕੀਤਾ, ਹੁਣ ਆਪਾਂ ਇਹਦੇ ਹੱਥ ਵਿੱਚ ਪਵਾਤਾ। ਹਾਂਜੀ ਲਓ ਜੀ, ਆਪਾਂ ਇਹ ਚੀਜ਼ ਦੇ ਹੱਥ 'ਚ ਪਵਾਤੀ, ਲੈ ਬਈ ਹੁਣ ਆਪਾਂ ਇਹਦਾ ਤਜਰਬਾ ਕਰਦੇ ਹਾਂ। ਕਿਉਂਕਿ ਪਹਿਲਾਂ ਪਾਣੀ ਤਾਪ ਲਾਇਆ ਸੀ ਕਿ ਪਾਣੀ ਨੂੰ ਇੰਨਾ ਚਾਰਜ ਕਰ ਦਿੰਦਾ ਕਿ ਬੰਦੇ ਦਾ ਸੈੱਲ ਪਾਣੀ ਐਕਟਿਵ ਕਰ ਦਿੰਦਾ, ਮਤਲਬ ਉੱਤੋਂ ਦੀ ਘੁਮਾਇਆ ਸੀ, ਪਾਣੀ 'ਚ ਡੁਬੋਇਆ ਵੀ ਨਹੀਂ ਸੀ। ਹਾਂਜੀ ਹੁਣ ਆ ਜਾਓ, ਹੁਣ ਆਪਾਂ ਐਂ ਕਰਦੇ ਹਾਂ, ਲਓ ਜੀ ਛੱਡ ਦਿਓ ਹੁਣ ਢਿੱਲਾ, ਫੜ ਲਓ ਹੁਣ ਤੁਸੀਂ ਦੱਬੀ ਜਾਓ ਜਿਵੇਂ ਮਰਜ਼ੀ, ਸਿੱਧਾ ਖੜੋ ਯਾਰ ਤੁਸੀਂ, ਮੈਂ ਦਬਾਉਣਾ ਥੋੜ੍ਹਾ ਜਿਹਾ, ਕੋਈ ਚੱਕਰ ਨਹੀਂ। ਹਾਂ ਆ ਲਓ, ਭਾਵੇਂ ਬੰਦਾ ਉੱਪਰ ਖੜਾ ਰਹੇ ਯਾਰ, ਪੁੱਛੋ ਬੰਦੇ ਤੋਂ ਬਾਈ ਠੀਕ ਹੈ ਜੀ, ਗੱਲਬਾਤ ਓਕੇ ਆ, ਮਤਲਬ ਭਾਵੇਂ ਬੰਦਾ ਪੈਰ ਰੱਖ ਕੇ ਖੜਾ ਰਹੇ ਯਾਰ, ਬੰਦਾ ਨਹੀਂ ਹਿੱਲੂ। ਘੈਂਟ ਚੀਜ਼ ਆ ਬਾਈ, ਗੱਲ ਇਹ ਆ, ਇਹ ਸਾਇੰਸ ਆ, ਹਾਂਜੀ ਜਾਪਾਨ ਦੀ ਟੈਕਨੋਲੋਜੀ ਆ, ਪਰ ਸਾਡੇ ਲੋਕਾਂ ਨੂੰ ਸਮਝ ਹੌਲੀ ਹੌਲੀ ਆਉਂਦੀ ਆ। ਹਾਂਜੀ ਜਿਵੇਂ ਤੁਸੀਂ 8 ਸਾਲ ਤੋਂ, ਤੁਹਾਨੂੰ 2008 ਤੋਂ ਪਾਇਆ ਤੁਸੀਂ, ਹੁਣ ਜਿਹੜੇ ਮੰਨ ਲਓ ਬਾਈ ਨੇ ਇਹ ਲੈ ਲਿਆ, ਇਹ ਐਂ ਤਾਂ ਨਹੀਂ ਹੈਗਾ ਕਿ ਅੱਜ ਪਾਇਆ ਤਾਂ ਸਾਲ ਮਗਰੋਂ ਬਦਲੀ ਕਰਨਾ ਪੈਣਾ? ਉਹ ਵੀਰ ਜੀ ਜੇ ਸਾਲ 'ਚ ਕੰਮ ਛੱਡ ਜੇ ਨਵਾਂ ਲੈ ਲਿਓ, ਇਹ ਤਾਂ ਮੈਨੂੰ ਮੈਂ ਕਹਿੰਦਾ ਵੀ ਤੁਸੀਂ 3 ਸਾਲ 4 ਸਾਲ ਇਹਨੂੰ ਪਾਣੀ 'ਚ ਨਾ ਡੁੱਬਣ ਦੇ, ਮੈਂ ਤਾਂ ਪਾਣੀ 'ਚ ਵੀ ਡੁੱਬ ਜਾਂਦਾ, ਮੈਂ ਲਾਉਂਦਾ ਨਹੀਂ ਨਹਾਉਣ ਲੱਗਿਆ ਵੀ, ਪਰ ਇਹਨੂੰ ਪਾਣੀ ਨਾ ਲੱਗਿਆ ਭਾਵੇਂ 10 ਸਾਲ ਚਲਾਈਏ, ਲੋਕ ਚੱਕਰ ਹੀ ਨਹੀਂ। ਅੱਛਾ ਫਿਰ ਇਹਦੇ ਵਿੱਚ ਜੋ ਐਨਰਜੀ ਵਗੈਰਾ ਹੈਗੀ ਉਹ ਵੀ ਰਹੂਗੀ? ਰਹੂਗੀ, ਇਹਦਾ ਐਨਰਜੀ ਵੀਰ ਜੀ ਪਤਾ ਕੀ ਹੁੰਦਾ, ਜਦੋਂ ਬੰਦਾ ਕੰਮ ਕਰਦਾ ਨਾ ਉਦੋਂ ਦੱਸਦਾ। ਹਾਂਜੀ ਕਈ ਵਾਰ ਜਿੰਮ ਵਾਲੇ ਮੁੰਡੇ ਆ, ਅਸੀਂ ਜਿੰਮ ਲੋ ਲਾਉਂਦੇ ਨਹੀਂ ਹੁੰਦੇ, ਹਾਂਜੀ ਉਹ ਬਹੁਤ ਵੱਧ ਜਾਂਦਾ, ਹੋਰ ਵੀ ਬਹੁਤ ਡੈਮੋ ਹੈਗੀ ਆ। ਅੱਛਾ ਤੋ ਕਹਿਣ ਦਾ ਭਾਵ ਆ ਵੀ ਇਹ ਜਿਹੜੀ ਚੀਜ਼ ਆ ਇਹਨੇ ਨਾਲ ਹੀ ਆਪਣਾ ਮੋਬਾਈਲ ਤਾਂ ਰੱਖਿਆ ਆਪਾਂ ਲੱਖ ਲੱਖ ਦੇ, ਤੋ ਉਦੋਂ ਬਚਣ ਦਾ ਪ੍ਰੋਗਰਾਮ ਹੈ ਇਹ। ਫਿਰ ਤਾਂ ਸਸਤਾ ਆ, ਸਸਤਾ ਹੀ ਆ, ਹੋਰ ਕਿੰਨਾ ਮਹਿੰਗਾ ਲੈ ਘਰੇ ਵੀ ਪਹੁੰਚੂ, ਹੋਰ ਕੀ ਹੋਰ ਕੀ। ਮਤਲਬ ਯਾਰ ਮੇਰੀ ਗੱਲ ਸੁਣੋ, ਅਸੀਂ ਤਾਂ ਇੱਕ ਚੀਜ਼ ਉਹ ਚਾਹੁੰਦੇ ਹਾਂ, ਮੇਰੀਆਂ ਵੀਡੀਓ ਜਿਵੇਂ ਹੁਣ ਚੱਲਦੀਆਂ, ਪਹਿਲਾਂ ਮੇਰਾ ਇੱਕ ਮਿਸ਼ਨ ਸੀ ਵੀ ਮੈਂ ਪੰਜਾਬੀਆਂ ਨੂੰ ਬਿਜ਼ਨਸਮੈਨ ਬਣਾ, ਕਿਸਾਨ ਅੱਡ ਖੋਲਣੀਆਂ। ਹਾਂਜੀ ਕਿਸਾਨ ਅੱਡਾ ਮੈਂ ਖੋਲੀਆਂ ਵੀ, ਅੱਜ ਵੀ ਚੱਲ ਰਹੀਆਂ, ਲੋਕਾਂ ਕਿਸੇ ਦੀ ਬਹੁਤ ਵਧੀਆ ਚੱਲ ਰਹੀ ਆ, ਕਿਸੇ ਦੀ ਸੋਧ ਕਿਸੇ ਨੇ ਬੰਦ ਕਰਤੀ, ਲੇਕਿਨ ਉਹਦੇ ਵਿੱਚ ਕਾਰਨ ਆ, ਬਾਣੀਆਂ ਬਣਨ ਲੱਗਿਆ ਟਾਈਮ ਲੱਗਣਾ। ਇਹ ਨਹੀਂ ਵੀ ਅਸੀਂ ਕਹਿੰਦੇ ਵੀ ਅੱਜ ਕੁਕੜੀ ਲਿਆਂਦੀ ਅੰਡਾ ਲਿਆਂਦਾ, ਅਤੇ ਮੈਂ ਅੰਡੇ ਦੀ ਐਗਜ਼ਾਮਪਲ ਕਿਉਂ ਦੇ ਰਿਹਾ, ਉਹਦੇ ਬੱਚੇ ਨਿਕਲਣ ਅਤੇ ਪਰਸੋਂ ਅਸੀਂ ਅੰਡੇ ਵੇਚੀਏ, ਇੱਦਾਂ ਨਹੀਂ। ਪਹਿਲੇ ਸਾਲ ਚੱਟੀ ਫਿਰ ਹੱਟੀ ਫਿਰ ਖੱਟੀ ਬਣਦੀ ਆ, ਅੱਜ ਤੀਜਾ ਸਾਲ ਹੋ ਗਿਆ ਮੈਂ ਉੱਥੇ ਹੀ ਖੜਾ ਕਿਸਾਨ ਹੱਟ ਵਿੱਚ, ਤਾਂ ਅੱਜ ਮੇਰਾ ਹੁਣ ਮੈਂ ਆਪਦਾ ਮਿਸ਼ਨ ਬਣਾ ਲਿਆ ਵੀ ਮੈਂ ਹੁਣ ਨਵੇਂ ਬੰਦੇ ਨੂੰ ਕਿਸੇ ਨੂੰ ਕਿਸਾਨ ਹੱਟ ਨਹੀਂ ਖੋਲੂੰਗਾ। ਠੀਕ ਹੈ ਜੀ, ਮੈਂ ਤਾਂ ਪੁਰਾਣੇ ਜਿਹੜੇ ਬੰਦੇ ਦੁਕਾਨਦਾਰ ਆ ਉਹਨਾਂ ਨੂੰ ਟ੍ਰੇਨ ਕਰਕੇ ਪ੍ਰੋਡਕਟ ਉੱਥੋਂ ਹਰ ਦੁਕਾਨ ਤੋਂ ਮਿਲੂਗਾ, ਮੈਂ ਤਾਂ ਉਹ ਮਿਸ਼ਨ ਬਣਾ ਲਿਆ। ਯਾਰ ਮੇਰੀ ਗੱਲ ਸੁਣੋ ਵੀਰ ਜੀ, ਤੁਸੀਂ ਤੁਹਾਨੂੰ ਇਹ ਇਹ ਜਿਹੜਾ ਤੁਸੀਂ ਬਣੇ ਹੋ, ਮਤਲਬ ਪਾਉਣੇ ਹੋ ਯੂਟਿਊਬਰ, ਹਾਂਜੀ ਇਹ ਪਹਿਲੇ ਤਾਂ ਨਹੀਂ ਬਣ ਗਏ ਸੀ? ਨਹੀਂ ਜੀ, ਟਾਈਮ ਲੱਗਾ, ਟਾਈਮ ਲੱਗਿਆ ਨਾ, ਹਾਂਜੀ ਬਸ ਸਮਾਂ ਲੱਗਦਾ, ਇਸ ਕਰਕੇ ਕੋਈ ਵੀ ਕੰਮ ਆ ਰਾਤੋਂ ਰਾਤ ਕੋਈ ਵੀ ਡੰਡੀ ਸ਼ਾਹੀ ਮਲਦਾ ਰਸਤਾ ਨਹੀਂ ਬਣਦੀ। ਔਰ ਦੋਸਤੋ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਰਿਜ਼ਲਟ ਜਿਹੜੇ ਪ੍ਰੋਡਕਟ ਦੇ ਮੇਰੇ 100% ਆ, ਹਰ ਪ੍ਰੋਡਕਟ ਦੇ ਉੱਤੇ ਮੈਂ ਕੋਈ ਇੱਦਾਂ ਨਹੀਂ ਵੀ ਉੱਠ ਕੇ ਐਵੇਂ ਵੀਡੀਓ ਪਾਤੀ, ਹਰ ਗੱਲ ਦਾ ਜਵਾਬ ਆ। ਔਰ ਹੁਣ ਸਾਰੇ ਚੈਨਲਾਂ 'ਤੇ ਚੱਲੂਗੀ, ਹੁਣ ਹੁਣ ਆਉਣਾ ਸਮਾਂ ਇਹ ਨਹੀਂ ਕਿ ਤੁਹਾਡਾ ਇਕੱਲਾ, ਜਿੰਦੇ ਸਾਰਿਆਂ ਦਾ ਠੋਕ ਠੋਕ ਪਾਉਣੀਆਂ। ਐਂ ਤਾਂ ਫਰੀ, ਐਂ ਤਾਂ ਜਿੱਦਾਂ ਹੁਣ ਆਪਾਂ ਤਾਂ ਚਲੋ ਥੋੜ੍ਹੀ ਪੇਡ ਕਰਦੇ ਇੰਟਰਵਿਊ, ਪਰ ਐਂ ਹੁਣ ਫਰੀ ਖਾਤੇ ਵੀ ਇੰਟਰਵਿਊ ਹੋਣਗੀਆਂ, ਜਿੱਦਾਂ ਦੀ ਚੀਜ਼ ਆਪਾਂ ਦਿਖਾਈ ਆ ਤੁਹਾਨੂੰ ਮਿੱਤਰ ਹੈ। ਅਤੇ ਜੀ ਗੱਲ ਇਹ ਹੈ, ਮੈਂ ਇੱਕ ਗੱਲ ਕਰਦਾ ਵੀ ਹੁਣ ਅਸੀਂ ਲੈਣਾ ਲਾਵਾਂਗੇ ਲੋਕਾਂ ਦੀਆਂ। ਹਾਂਜੀ ਦੇਖੋ, ਮੈਂ ਅੱਜ ਤੱਕ ਇੱਕ ਬੰਦਾ ਸੀਗਾ, ਬੰਦਾ 5 ਬੜਿਆ ਸੀ, ਹਾਂਜੀ ਉਹਨੂੰ ਐਗਰੀਕਲਚਰ ਦਾ ਕੰਮ ਕਰਾਇਆ, ਮੈਂ ਬਹੁਤ 17 ਸਾਲ ਤੋਂ ਵਰਕ ਕਰ ਰਿਹਾ, ਹਾਂਜੀ ਐਗਰੀਕਲਚਰ ਦਾ ਕੰਮ ਕਰਾਇਆ, ਕਹਿੰਦਾ ਭਾਅ ਜੀ ਬਹੁਤ ਨਜ਼ਾਰਾ ਨਜ਼ਾਰਾ ਆ ਗਿਆ, ਕਮਾਈ ਕੀਤੀ, ਪਹਿਲੀ ਲੈਣੀ ਸਭ ਕੁਛ ਲੈ ਲਿਆ, ਅਤੇ ਮੈਂ ਕਿਹਾ ਯਾਰ ਮੈਂ ਪਾ ਦਿਆਂ ਵੀਡੀਓ, ਕਹਿੰਦਾ ਭਾਅ ਜੀ ਮੈਂ ਤੁਹਾਨੂੰ ਦੱਸਿਆ, ਹਾਂਜੀ ਜੇ ਤੁਸੀਂ ਮੇਰੀ ਵੀਡੀਓ ਨਾਲ ਪਾਤੀ ਸਾਰਾ ਕੁਛ ਕਰਤਾ, ਹਾਂਜੀ ਅਤੇ ਲੋਕਾਂ ਨੇ ਕਹਿਣਾ ਵੀ ਸਾਨੂੰ ਪਤਾ ਨਹੀਂ, ਉਹਨੇ ਮਿਹਨਤ ਕੀਤੀ ਮੁੰਡੇ ਨੇ, ਬਿਲਕੁਲ ਜੀ। ਇਸ ਕਰਕੇ ਮੈਂ ਨਾ ਜਿਹੜੇ ਬੰਦੇ ਕਮਾਈ ਵਾਲੇ ਆ ਜਾਂ ਜਿਹੜੇ ਜਿਹੜੇ ਕਾਮਯਾਬ ਹੋਏ ਆ, ਹਾਂਜੀ ਉਹ ਹੁਣ ਅੱਗੇ ਵਿਖਾਵਾਂਗੇ ਹੌਲੀ ਹੌਲੀ, ਅਤੇ ਆਪਾਂ ਇਹ ਨਹੀਂ ਆਪਾਂ ਹੁਣ ਤੁਹਾਡੇ ਸਾਹਮਣੇ ਉਹ ਲੋਕ ਲੈ ਕੇ ਆਇਆ ਕਰਾਂਗੇ ਜਿਹੜੇ ਬੰਦੇ ਪ੍ਰੋਬਲਮ ਵਿੱਚ ਸੀਗੇ, ਜਿਹਦੀ ਦਿੱਕਤ ਸੀ, ਪ੍ਰੋਬਲਮ ਸੀ, ਜਿਵੇਂ ਇਹਨਾਂ ਨੇ ਦੱਸਿਆ, ਉਹਨਾਂ ਨੂੰ ਸਹੀ ਕਰਕੇ ਸਾਰਾ ਆਪਾਂ ਰਿਜ਼ਲਟ ਦਿਖਾਉਣੇ ਆ, ਪੂਰੇ ਰਿਜ਼ਲਟ ਦਿਖਾਓ 100%। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ ਤੁਹਾਡਾ। ਲਓ ਜੀ ਅਗਲੀ ਰਿਜ਼ਲਟ ਲੈ ਕੇ ਆਉਂਦੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।